ਪਰੇਡ ਬਾਰੇ ਗੱਲ ਕੀਤੀ। ਮੇਰੇ ਗੋਡਿਆਂ 'ਚ ਦਰਦ ਸੀਗਾ ਅਤੇ ਮੈਨੂੰ ਸਾਹ ਦੀ ਦਿੱਕਤ ਆ ਰਹੀ ਸੀਗੀ ਅਤੇ ਮੇਰਾ ਵੇਟ ਸੀਗਾ ਪਹਿਲਾਂ 1 ਕੁਇੰਟਲ 56 ਕਿਲੋ 500 ਗ੍ਰਾਮ। ਮੇਰੇ ਪੀਤੇ ਦੇ ਵਿੱਚ ਵੀ ਪੱਥਰੀ ਸੀਗੀ ਅਤੇ ਉਸ ਤੋਂ ਬਾਅਦ ਮੈਂ ਡਾਕਟਰ ਸਾਹਿਬ ਨਾਲ ਜੋ ਗੱਲ ਹੋਈ, ਨਾ ਤਾਂ ਮੇਰੀ ਰੀੜ੍ਹ ਦੀ ਹੱਡੀ 'ਚ ਟੀਕਾ ਲੱਗਿਆ। ਮੈਂ ਅਮਨਦੀਪ ਸਰਹੰਦ ਤੋਂ ਬਿਲੋਂਗ ਕਰਦਾ, ਸ਼ਹੀਦਾਂ ਦੀ ਧਰਤੀ ਤੋਂ। ਮੇਰਾ ਵੇਟ 1 ਕੁਇੰਟਲ 56 ਕਿਲੋ 500 ਗ੍ਰਾਮ ਸੀਗਾ ਅਤੇ ਮੈਂ ਯੂਟਿਊਬ ਰਾਹੀਂ ਅਮਿਤ ਸੂਰ ਜੀ ਦੀ ਵੀਡੀਓ ਦੇਖੀਆਂ ਅਤੇ ਮੈਨੂੰ ਬਹੁਤ ਵਧੀਆ ਲੱਗੀਆਂ। ਮੈਂ ਅਤੇ ਮੇਰੇ ਇੱਕ ਦੋਸਤ ਦੋਵੇਂ ਰਲ ਕੇ ਸਲਾਹ ਕੀਤੀ ਵੀ ਅੱਜ ਆਪਾਂ ਮੋਗੇ ਚੱਲੀਏ। ਮੋਗੇ ਜਾ ਕੇ ਅਸੀਂ ਡਾਕਟਰ ਸਾਹਿਬ ਕੋਲ ਆਏ, ਡਾਕਟਰ ਸਾਹਿਬ ਨੂੰ ਮਿਲੇ ਅਤੇ ਉਹਨਾਂ ਨਾਲ ਗੱਲਬਾਤ ਕੀਤੀ ਅਸੀਂ ਨੇ। ਸਾਨੂੰ ਬਹੁਤ ਵਧੀਆ ਲੱਗਿਆ, ਡਾਕਟਰ ਸਾਹਿਬ ਨੇ ਬੜੇ ਪਿਆਰ ਨਾਲ ਗੱਲਬਾਤ ਸੁਣੀ, ਸਾਡੇ ਨਾਲ ਗੱਲ ਕੀਤੀ। ਸਾਡੀ 1 ਘੰਟਾ ਤੋਂ ਕਈ ਵਾਰ ਸਾਡੀ ਮੀਟਿੰਗ ਚੱਲੀ ਡਾਕਟਰ ਸਾਹਿਬ ਨਾਲ ਅਤੇ ਬਹੁਤ ਵਧੀਆ ਤਰੀਕੇ ਨਾਲ ਮੈਂ ਉਹਦੇ ਪਰੇਡ ਬਾਰੇ ਗੱਲ ਕੀਤੀ। ਮੇਰੇ ਗੋਡਿਆਂ 'ਚ ਦਰਦ ਸੀਗਾ ਅਤੇ ਮੈਨੂੰ ਸਾਹ ਦੀ ਦਿੱਕਤ ਆ ਰਹੀ ਸੀਗੀ ਅਤੇ ਮੇਰੇ ਪੈਰਾਂ 'ਚ ਦਰਦ ਰਹਿਣਾ। ਮੈਂ ਇਹਨਾਂ ਨਾਲ ਮਿਲ ਕੇ ਜੋ ਗੱਲ ਕੀਤੀ ਮੈਨੂੰ ਬਹੁਤ ਵਧੀਆ ਲੱਗਿਆ ਅਤੇ ਮੇਰਾ ਪਰੇਡ ਪਤਾ ਹੀ ਨਹੀਂ ਲੱਗਿਆ ਵੀ ਕਦੋਂ ਕਰਤਾ। ਕੋਈ ਮਹਿਸੂਸ ਨਹੀਂ ਹੋਇਆ ਵੀ ਮੈਂ ਆਪਣੇ ਘਰ 'ਚ ਬੈਠਾ ਹਾਂ ਜਾਂ ਮੈਂ ਆਪਣੇ ਹੋਸਪਿਟਲ 'ਚ ਬੈਠਾ ਹਾਂ। ਸਟਾਫ ਇੰਨਾ ਵਧੀਆ ਸੀਗਾ, ਮੇਰੇ ਨਾਲ ਇੰਨੇ ਪਿਆਰ ਨਾਲ ਗੱਲ ਕੀਤੀ। ਜਦਕਿ ਮੈਂ ਸਭ ਨੂੰ ਕਹਿਣਾ ਚਾਹੁੰਦਾ ਵੀ ਜੇ ਕਿਸੇ ਨੂੰ ਵੀ ਕੋਈ ਇੱਦਾਂ ਦੀ ਦਿੱਕਤ ਆਉਂਦੀ ਆ ਤਾਂ ਮੋਗੇ ਵਿੱਚ ਅਮਿਤ ਸੂਰ ਜੀ ਦਾ ਬਹੁਤ ਵੱਡਾ ਹੋਸਪਿਟਲ ਬਣ ਰਿਹਾ ਜਿਸ ਵਿੱਚ ਨਵੀਂ ਤਕਨੀਕੀ ਨਾਲ ਓਪਰੇਟ ਕੀਤੇ ਜਾਂਦੇ ਆ ਅਤੇ ਮੈਂ ਸਭ ਨੂੰ ਇਹੀ ਕਹਿਣਾ ਚਾਹੁੰਦਾ ਹਾਂ ਕਿ ਇੱਕ ਵਾਰ ਜ਼ਰੂਰ ਅਮਿਤ ਸੂਰ ਜੀ ਨੂੰ ਆ ਕੇ ਮਿਲੋ। ਅਤੇ ਮੇਰਾ ਪਰੇਡ ਕਿਰਾਏ ਨੂੰ ਅੱਜ 15 ਦਿਨ ਹੋ ਚੁੱਕੇ ਹਾਂ ਅਤੇ ਮੇਰਾ ਵੇਟ ਸੀਗਾ ਪਹਿਲਾਂ 1 ਕੁਇੰਟਲ 56 ਕਿਲੋ 500 ਗ੍ਰਾਮ। ਅੱਜ ਮੇਰਾ 15 ਦਿਨਾਂ ਬਾਅਦ ਮੈਂ ਚੈੱਕਅਪ ਕਰਾਉਣ ਆਇਆ ਅਤੇ ਅੱਜ ਮੇਰਾ ਵੇਟ 1 ਕੁਇੰਟਲ 59 ਕਿਲੋ ਰਹਿ ਗਿਆ। ਮੇਰਾ 15 ਦਿਨ ਦਾ ਜਿਹੜਾ ਐਕਸਪੀਰੀਅੰਸ ਰਿਹਾ ਅਤੇ ਉਹਦੇ ਵਿੱਚ ਮੈਨੂੰ ਨਾ ਤਾਂ ਕੋਈ ਦਿੱਕਤ ਆਈ ਆ, ਨਾ ਤਕਲੀਫ ਆਈ ਆ, ਨਾ ਖਾਣ ਪੀਣ ਦੇ ਵਿੱਚ। ਅਤੇ ਮੈਂ ਕੈਟਰਿੰਗ ਦਾ ਕੰਮ ਕਰਦਾ ਸੀਗਾ ਅਤੇ ਜਿਸ ਦੇ ਨਾਲ ਮੈਨੂੰ ਤੋਰਾ ਫੇਰਾ ਜ਼ਿਆਦਾ ਸੀਗਾ, ਸਾਹ ਦੀ ਦਿੱਕਤ ਆਉਣੀ। ਅਤੇ ਉਸ ਤੋਂ ਬਾਅਦ ਮੈਂ ਡਾਕਟਰ ਸਾਹਿਬ ਨਾਲ ਜੋ ਗੱਲ ਹੋਈ, ਨਾ ਤਾਂ ਮੇਰੀ ਰੀੜ੍ਹ ਦੀ ਹੱਡੀ 'ਚ ਟੀਕਾ ਲੱਗਿਆ, ਨਾ ਕੋਈ ਉਹ ਹੋਇਆ। ਜਦਕਿ ਕੋਈ ਡਰਨ ਦੀ ਗੱਲ ਨਹੀਂ, ਇਹ ਛੋਟੇ ਛੋਟੇ ਜਿਹੇ ਚੀਰੇ ਲੱਗਦੇ ਆ ਜਿਸ ਨਾਲ ਆਪਾਂ ਨੂੰ ਮਹਿਸੂਸ ਵੀ ਨਹੀਂ ਹੁੰਦਾ। ਮੇਰੇ ਪਿੱਤੇ ਦੇ ਵਿੱਚ ਵੀ ਪੱਥਰੀ ਸੀਗੀ ਅਤੇ ਮੇਰਾ ਪਰੇਡ ਦੋਨੋਂ ਇਕੱਠੇ ਹੀ ਕੀਤੇ ਗਏ ਆ। ਮੈਨੂੰ ਕੋਈ ਵੀ ਤਕਲੀਫ ਨਹੀਂ ਹੋਈ ਦੋਵੇਂ ਪਰੇਡਾਂ ਦੇ ਵਿੱਚ ਅਤੇ ਮੈਂ 3ਜੇ ਦਿਨ ਹੀ ਤੁਰਨ ਲੱਗ ਗਿਆ ਸੀਗਾ। 10 ਤੋਂ 15 ਮਿੰਟ ਤੱਕ ਵਰਕਆਊਟ ਕਰਨ ਲੱਗ ਗਿਆ ਸੀਗਾ। ਜਦਕਿ ਮੈਨੂੰ ਸਾਰਾ ਹੀ ਸਟਾਫ ਬਹੁਤ ਵਧੀਆ ਅਤੇ ਡਾਕਟਰ ਸਾਹਿਬ ਨੇ ਬਹੁਤ ਅੱਛੀ ਤਰ੍ਹਾਂ ਨਾਲ ਮੇਰੀ ਕੇਅਰ ਕੀਤੀ ਅਤੇ ਬੜੀ ਹੀ ਜਲਦੀ ਮੈਨੂੰ ਵੇਟ ਲੂਜ਼ ਹੋਇਆ ਮੇਰਾ। ਧੰਨਵਾਦ ਕਰਦਾ ਮੈਂ ਡਾਕਟਰ ਸਾਹਿਬ ਦਾ ਅਤੇ ਸਟਾਫ ਦਾ।